ਦੇਸ਼ਾਂ ਤੇ ਵਿਦੇਸ਼ਾਂ 'ਚ ਵਸੇ ਪੰਜਾਬੀ ਭਰਾਵਾਂ ਨੂੰ ਜੱਗੀ ਜੜੀ ਦੇਖੋ ਪਿਆਰ ਵਾਲੀ ਸਤਿ ਸ੍ਰੀ ਅਕਾਲ ਦੋਸਤੋ। ਜੱਗੀ ਜੜੀ ਆਪਣੇ ਪਟਾਰੇ ਆਪਣੀ ਇੱਕ ਲਿਆ ਚਟਪਟੀ ਖਬਰਾਂ। ਹਾਏ ਨੀ ਤੇਰਾ ਕੋਕਾ ਕੋਕਾ ਕੋਕਾ, ਹਾਏ ਨੀ ਤੇਰਾ ਕੋਕਾ ਕੋਕਾ ਕੋਕਾ। ਦੋਸਤੋ ਇਹ ਗਾਣਾ ਅੱਜ ਦੀ ਡੇਟ 'ਚ ਬਹੁਤ ਜ਼ਿਆਦਾ ਪਾਪੂਲਰ ਹੋਇਆ ਪਿਆ ਅਤੇ ਬਹੁਤ ਜ਼ਿਆਦਾ ਲੋਕ ਯੂਟਿਊਬ 'ਤੇ ਨੂੰ ਦੇਖਦੇ ਪਏ ਨੇ ਔਰ ਲੋਕ ਇਸ ਗਾਣੇ ਦੇ ਉੱਤੇ ਆਪਣੇ ਡਾਂਸ ਨੂੰ ਪਰਫੋਰਮ ਕਰਕੇ ਇੰਸਟਾਗ੍ਰਾਮ 'ਤੇ ਡਾਲ ਵੀ ਰਹੇ ਨੇ ਦੋਸਤੋ। ਅਤੇ ਜਿਹੜਾ ਇੰਸਟਾਗ੍ਰਾਮ 'ਤੇ ਵੀਡੀਓ ਪਾਇਆ ਗਿਆ ਉਹ ਸਰਗੁਣ ਮਹਿਤਾ ਸਭ ਤੋਂ ਜ਼ਿਆਦਾ ਵਾਇਰਲ ਹੋ ਰਿਹਾ ਦੋਸਤੋ। ਦੋਸਤੋ ਅੱਜ ਮੈਂ ਵੀ ਕੋਕਾ ਕੋਕਾ ਕਹਿ ਕੇ ਇੰਸਟਾਗ੍ਰਾਮ 'ਤੇ ਆਪਣਾ ਵੀਡੀਓ ਪਾਤਾ ਅਤੇ ਤੁਸੀਂ ਵੀ ਆਪਣਾ ਵੀਡੀਓ ਜ਼ਰੂਰ ਪਾਉਣਾ, ਬਿਲਕੁਲ ਨਾ ਭੁੱਲਣਾ ਦੋਸਤੋ। ਦੋਸਤੋ ਜੱਗੀ ਜਿਹੜੀ ਪਟਾਰੀ ਅਗਲੀ ਖਬਰ ਹੈਗੀ ਹੋਏਗੀ ਲੱਡੂ ਬਰਫੀ। ਦੋਸਤੋ ਮਿਠਾਈ ਨਹੀਂ ਖਾਣੀ, ਇਹ ਹੈਗਾ ਪਿਕਚਰ ਦਾ ਨਾਂ, ਇਹਦਾ ਨਵਾਂ ਲੁੱਕ ਸਾਹਮਣੇ ਆਇਆ, ਆਓ ਤੁਹਾਨੂੰ ਦਿਖਾਉਂਦੇ ਹਾਂ। ਦੋਸਤੋ ਜੱਗੀ ਵਾਲੇ ਪਟਿਆਲੇ ਦੀ ਅਗਲੀ ਖਬਰ ਹੈਗੀ ਹੈ ਉਹ ਹੈਗੀ ਹੈ ਹਾਈ ਐਂਡ ਯਾਰੀਆਂ। ਦੋਸਤੋ ਇਹਦਾ ਨਵਾਂ ਗਾਣਾ ਰਿਲੀਜ਼ ਹੋਇਆ ਜਿਹੜਾ ਜੱਸੀ ਗਿੱਲ ਨੇ ਗਾਇਆ ਵੀ ਪਰਾਗ ਦੇ ਨਾਲ, ਔਰ ਉਹਨੂੰ ਦੋਸਤੋ ਗਾਣਾ ਬਹੁਤ ਸੋਹਣਾ ਹੈਗਾ ਅਤੇ ਯੂਟਿਊਬ 'ਤੇ ਜ਼ਰੂਰ ਦੇਖੋ। ਹੈ 21 ਤਾਰੀਖ ਨੂੰ ਹਲੇ ਰਿਲੀਜ਼ ਹੋਇਆ ਦੋਸਤ, ਅਤੇ ਗਾਣੇ ਦਾ ਨਾਂ ਹੈ ਰੱਬਾ ਵੇ। ਦੋਸਤੋ ਜੱਗੀ ਵਾਲੇ ਪਟਿਆਲੇ ਦੀ ਅਗਲੀ ਖਬਰ ਹੈਗੀ ਹੈ ਉਹ ਹੈਗੀ ਹੈ ਬਾਦਸ਼ਾਹ ਦੀ। ਬਾਦਸ਼ਾਹ ਇੱਕ ਹੋਰ ਪਿਕਚਰ ਪ੍ਰੋਡਿਊਸ ਕਰਨ ਜਾ ਰਿਹਾ ਮਿੱਤਰਾ ਦੀ, ਯੈਸ ਹੈ। ਅਤੇ ਦੋਸਤੋ ਇਹ ਸੀਗਾ ਸਿੰਗਰ ਗੁਰੀ, ਇਹਦਾ ਟੀਜ਼ਰ 20 ਜਨਵਰੀ ਨੂੰ ਰਿਲੀਜ਼ ਹੋ ਚੁੱਕਾ ਹੈ ਅਤੇ ਟੀਜ਼ਰ ਜ਼ਰੂਰ ਦੇਖੋ ਦੋਸਤੋ, ਬਹੁਤ ਸੋਹਣਾ ਟੀਜ਼ਰ ਹੈ। ਅਤੇ ਦੋਸਤੋ ਅਗਲੀ ਖਬਰ ਹੈਗੀ ਹੈ ਊੜਾ ਐੜਾ ਸੱਸਾ ਹਾ। ਦੋਸਤੋ ਮੈਂ ਕੋਈ ਊੜਾ ਐੜਾ ਨਹੀਂ ਕਰਨ ਲੱਗ ਗਿਆ, ਨਾ ਸਿੱਖਣ ਲੱਗ ਗਿਆ। ਇਹ ਪਿਕਚਰ ਤੁਹਾਨੂੰ ਨਾ ਦੱਸੇ ਨਾ ਊੜਾ ਐੜਾ, ਇਹਦਾ ਪ੍ਰੋਮੋ ਰਿਲੀਜ਼ ਹੋਇਆ, ਇਹਦੇ 'ਚ ਡਾਇਲੋਗ ਪ੍ਰੋਮੋ ਹੈ ਦੋਸਤੋ ਇਹਦਾ, ਅਤੇ ਬਹੁਤ ਸੋਹਣਾ ਅਤੇ ਫਨੀ ਹੈ, ਜ਼ਰੂਰ ਦੇਖੋ ਦੋਸਤੋ। ਓਕੇ ਦੋਸਤੋ ਜੱਗੀ ਜੜਾ ਆਪਣਾ ਪਟਾਰਾ ਇੱਥੇ ਹੀ ਬੰਦ ਕਰਦਾ ਹੈ, ਅਗਲੀ ਵਾਰ ਫਿਰ ਮਿਲਾਂਗੇ ਪੰਜਾਬੀ ਦੀ ਕੁਝ ਗੌਸਿਪ ਨਿਊਜ਼ ਲੈ ਕੇ। ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ। बॉलीवुड की अपडेट्स और गॉसिप न्यूज के लिए मायापुरी कट सब्सक्राइब करना ना भूलें और हमारे अपडेट्स जानने के लिए बेल आइकन जरूर प्रेस करें।